ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮਹਿਮਾਨ ਵਜੋਂ, ਜਦਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਅਤੇ ਅਰਵਿੰਦਰ ਸਿੰਘ ਖਾਲਸਾ ਅਤੇ ਹੋਰ ਆਗੂਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ 'ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰੇ ਉਦਾਸੀਆਂ ਨੂੰ ਦਰਸਾਉਂਦਾ ਇੱਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜੀ ਐੱਸ ਲਾਂਬਾ ਨੇ ਕਿਹਾ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਔਰ ਮੈਂ ਸਮਝਦਾ ਇਹ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਸੈਮੀਨਾਰ ਸੀ, ਜਿਸ ਦੇ ਵਿੱਚ ਸਾਰੇ ਇਸ ਕਾਲਜ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ। ਬਹੁਤ ਸੋਹਣੀ ਪੇਸ਼ਕਾਰੀ ਜਿਹੜੀ ਬੱਚਿਆਂ ਨੇ ਕੀਤੀ ਗਈ ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਦੇ ਆਧਾਰਿਤ ਸਾਰੀਆਂ ਉਹਨਾਂ ਨੇ ਪ੍ਰੋਗਰਾਮ ਕੀਤਾ ਗਿਆ, ਸ਼ਬਦ ਗਾਇਨ ਕੀਤਾ ਗਿਆ ਔਰ ਇਸੇ ਤਰ੍ਹਾਂ ਕਵਿਤਾਵਾਂ ਗਾਵੀਆਂ ਗਈਆਂ ਨੇ ਔਰ ਜੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਉਹਨਾਂ ਉਦਾਸੀਆਂ ਦਾ ਵੇਰਵਾ ਜਿਹੜਾ ਸੀ ਉਹਨਾਂ ਨੇ ਆਪਣੀ ਸਾਰੀਆਂ ਇਹਨਾਂ ਪੇਸ਼ਕਾਰੀਆਂ ਦੇ ਵਿੱਚ ਦਿੱਤਾ ਗਿਆ। ਤੋ ਜੋ ਗੁਰੂ ਨਾਨਕ ਦੇਵ ਸਾਹਿਬ ਦਾ ਫਲਸਫਾ ਸੀ, ਜੋ ਉਹਨਾਂ ਦੀ ਵਿਚਾਰਧਾਰਾ ਸੀ, ਉਹ ਵੀ ਉਹਨਾਂ ਨੇ ਆਪਣੇ ਬੱਚਿਆਂ ਨੇ ਇੱਕ ਬਹੁਤ ਵਧੀਆ ਤਿਆਰੀ ਕਰਕੇ ਸਾਰੇ ਸਾਹਮਣੇ ਸੰਗਤ ਦੇ ਸਾਹਮਣੇ ਪੇਸ਼ ਕੀਤੀ ਗਈ। ਮੈਂ ਇਸ ਦੀ ਗੱਲ ਦੀ ਵਧਾਈ ਜਿਹੜੀ ਹੈ ਜਿੱਥੇ ਸਾਰੇ ਇਹ ਕਾਲਜ ਦੇ ਵਿਦਿਆਰਥੀਆਂ ਨੂੰ ਦਿੰਦਾ, ਜਿਨ੍ਹਾਂ ਨੇ ਬੜੇ ਹੀ ਮਿਹਨਤ ਦੇ ਨਾਲ ਸਾਰਾ ਇਹ ਪ੍ਰੋਗਰਾਮ ਕੀਤਾ। ਉੱਥੇ ਇੱਥੋਂ ਦੇ ਸਾਡੇ ਪ੍ਰਿੰਸੀਪਲ ਲਾਂਬਾ ਜੀ ਅਤੇ ਇਹਨਾਂ ਸਾਰੇ ਸਟਾਫ ਨੂੰ ਵੀ ਦਿੰਦਾ ਕਿ ਇੱਕ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਜਿਹਦੇ ਨਾਲ ਸਾਨੂੰ ਬਹੁਤ ਸਾਰਾ ਜੀਵਨ ਪ੍ਰਤੀ ਗੁਰੂ ਨਾਨਕ ਦੇਵ ਸਾਹਿਬ ਦੇ ਗਿਆਨ ਪ੍ਰਾਪਤ ਹੁੰਦਾ ਹੈ। ਅਕਾਲੀ ਦਲ ਤੁਹਾਡੀ ਭਾਈਵਾਲ ਪਾਰਟੀ ਹੈ, ਜਦਕਿ ਖਡੂਰ ਸਾਹਿਬ 'ਚ ਟਿਕਟ ਦੀ ਵੰਡ ਤੋਂ ਬਾਅਦ ਦਾਰੂ ਦੀ ਵਰਤੋਂ ਹੋਈ ਹੈ, ਉਹਦੇ ਕਹਿਣਾ ਚਾਹੋਗੇ? ਦੇਖੋ ਮੈਂ ਹੈ ਬਹੁਤ ਗਲਤ ਹੈ ਜੋ ਦਾਰੂ ਦੀ ਨਹੀਂ ਹੋਣੀ ਚਾਹੀਦੀ, ਅਸੀਂ ਇਸ ਗੱਲ ਦੇ ਖਿਲਾਫ਼ ਹਾਂ, ਪਰ ਉਹਦਾ ਪਤਾ ਕਰ ਲੈਂਦੇ ਵੀ ਕੀ ਉਹ ਸਹੀ ਹੈ ਜਾਂ ਗਲਤ ਹੈ, ਉਹਦਾ ਅਸੀਂ ਜਿਹੜੀ ਹੈ ਇਹ ਇਨਕੁਆਇਰੀ ਕਰਾਵਾਂਗੇ, ਫਿਰ ਪਤਾ ਲੱਗੂਗਾ। ਇੱਕ ਚੋਣਾਂ ਦੇ ਦੌਰਾਨ ਜਿਹੜੀਆਂ ਰੈਲੀਆਂ ਰੁਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਗੁਰਦੁਆਰਾ ਗੁਰੂ ਘਰੋਂ ਲੰਗਰ ਦੀ ਇਸਤੇਮਾਲ ਹੋ ਰਿਹਾ, ਕਿਤੇ ਨਹੀਂ ਹੋਇਆ? ਦੇਖੋ ਬਿਲਕੁਲ ਨਹੀਂ ਕਿਤੇ ਹੋ ਰਿਹਾ, ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ। ਕਿਤੇ ਵੀ ਗੁਰੂ ਘਰ ਵੱਲੋਂ ਲੰਗਰ ਜਿਹੜਾ ਵੀ ਹੈ ਕਿਸੇ ਵੀ ਪ੍ਰੋਗਰਾਮ 'ਚ ਨਹੀਂ ਜਾ ਰਿਹਾ। ਗੁਰੂ ਘਰ ਆ ਕੇ ਜੋ ਮਰਜ਼ੀ ਛਕ ਲਏ, ਕੋਈ ਵੀ ਹੈ, ਕੋਈ ਪਾਰਟੀ ਹੈ, ਕੋਈ ਮਨੁੱਖ ਹੈ, ਗੁਰੂ ਘਰ ਆ ਕੇ ਛਕ ਸਕਦਾ, ਬਾਹਰ ਕਿਤੇ ਵੀ ਐਸੀ ਗੁਰੂ ਘਰ ਦਾ ਲੰਗਰ ਨਹੀਂ ਦਿੱਤਾ ਜਾਵੇ। ਪ੍ਰਧਾਨ ਜੀ, ਕੋਰੀਡੋਰ ਦਾ ਜਿਹੜਾ ਹੈ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ, ਪਰ ਜੋ ਇਹਨਾਂ ਨੇ ਸ਼ਰਤ ਰੱਖੀ ਹੈ ਵੀ 5000 ਜਿਹੜੇ ਸ਼ਰਧਾਲੂ ਨੇ, ਪਰ ਉਹ ਵਿਜੇ ਦੇ ਨਾਲ ਹੀ ਉੱਥੇ ਦਰਸ਼ਨ ਕਰ ਰਹੇ ਨੇ, ਸੰਗਤਾਂ ਨੂੰ ਬੜੀ ਇਸ ਗੱਲ ਦੀ ਲੱਗੀ ਆ ਵੀ ਫ੍ਰੀ ਹੋਣੇ ਚਾਹੀਦੇ ਨੇ, ਜੇ ਬੰਦੇ ਸ਼ਾਮਿਲ ਹੋਣੇ ਚਾਹੀਦੇ। ਦੇਖੋ ਜਿੱਥੋਂ ਤੱਕ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਰਤਾਰਪੁਰ ਮਹਾਨ ਧਰਤੀ ਹੈ ਔਰ ਜਿੱਥੇ ਸਾਰੀ ਕੌਮ ਦੀ ਬੜੀ ਆਸਥਾ ਹੈ, ਹਰ ਨਾਨਕ ਨਾਮ ਲਿਆ ਚਾਹੁੰਦਾ ਕਿ ਖੁੱਲ੍ਹੇ ਦਰਸ਼ਨ ਦਾਰੇ ਹੋਣ, ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਦੋਨੇ ਸਰਕਾਰਾਂ ਨੇ ਚੁੱਕਿਆ ਹੈਗਾ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਅਤੇ ਸਟਾਫ ਨੇ ਰਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਚਾਰ ਉਦਾਸੀਆਂ ਨੂੰ ਡਿਟੇਲ ਦੇ ਅੰਦਰ ਆਪਣੇ ਆਪਣੇ ਤਰੀਕੇ ਦੇ ਨਾਲ ਗੁਰਬਾਣੀ ਰਾਹੀਂ, ਕਵੀਸ਼ਰੀ ਰਾਹੀਂ, ਨਾਟਕ ਰਾਹੀਂ ਉਹਨਾਂ ਨੇ ਇਸ ਚੀਜ਼ ਨੂੰ ਪੇਸ਼ ਕੀਤਾ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਐਸ ਚੀਫ ਗੈਸਟ ਸ਼ਾਮਲ ਹੋਏ, ਨਾਲ ਹੀ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਸਾਹਿਬਾਨ, ਡਾਇਰੈਕਟਰ ਐਜੂਕੇਸ਼ਨ SGPC ਅਤੇ ਹੋਰ ਉੱਘੇ ਸ਼ਖਸੀਅਤਾਂ ਸ਼ਾਮਲ ਹੋਈਆਂ। ਬੱਚਿਆਂ ਦੀ ਪੇਸ਼ਕਾਰੀ ਨੂੰ ਵੇਖ ਕੇ ਇਹ ਬਹੁਤ ਖੁਸ਼ੀ ਹੋਈ, ਜਿਸ ਲੈਵਲ ਦੇ ਉੱਤੇ ਬੱਚਿਆਂ ਨੇ ਜਾ ਕੇ ਡਿਟੇਲ ਦੇ ਵਿੱਚ ਰਿਸਰਚ ਕੀਤੀ ਔਰ ਚਾਰੋਂ ਉਦਾਸੀਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਸਭ ਦੇ ਸਾਹਮਣੇ ਪੇਸ਼ ਕੀਤਾ, ਸਾਰਿਆਂ ਦੇ ਹਿਰਦੇ ਬੜੇ ਗਦਗਦ ਹੋਏ ਇਸ ਦੇਖ ਕੇ। ਇਸੇ ਤਰ੍ਹਾਂ ਹੀ ਇਹ ਬੱਚੇ ਅਕਤੂਬਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਪਹਿਲਾਂ ਵੀ ਕਰ ਚੁੱਕੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਰਾਹ ਨੂੰ ਸਿੱਖਣਾ, ਉਸ ਦੇ ਉੱਤੇ ਚੱਲਣਾ, ਇਹ ਸਾਡਾ ਇੱਕ ਬੜਾ ਵੱਡਾ ਜਿਹੜਾ ਫਰਜ਼ ਬਣ ਜਾਂਦਾ ਹੈ ਕਿ ਇਸ 550 ਸਾਲਾਂ ਦੇ ਉੱਤੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਹਿਸਟਰੀ ਬਾਰੇ ਦੱਸੀਏ, ਉਹਨਾਂ ਦੇ ਦੱਸੇ ਹੋਏ ਪੂਰਨਿਆਂ ਬਾਰੇ ਦੱਸ ਕੇ ਉਸ ਦੇ ਉੱਤੇ ਚੱਲਣ ਵਾਸਤੇ ਉਹਨਾਂ ਨੂੰ ਪ੍ਰੋਤਸਾਹਿਤ ਕਰੀਏ। ਮੇਰੇ ਖਿਆਲ ਦੇ ਨਾਲ ਸਾਡੇ ਪੰਥ ਵਾਸਤੇ ਸਾਡੀ ਸਭ ਤੋਂ ਸੇਵਾ ਵੱਡੀ ਇਹ ਹੀ ਹੋ ਸਕਦੀ ਹੈ। ਵਾਹਿਗੁਰੂ ਜੀ।